ਪੰਜਾਬੀਆਂ ਦੀ ਪੰਜਾਬੀਆਂ ਦੀ ਪੰਜਾਬੀਆਂ ਦੀ ਪੰਜਾਬੀਆਂ ਦੀ ਪੰਜਾਬੀਆਂ ਦੀ ਪੰਜਾਬੀਆਂ ਦੀ ਬੱਲੇ ਬੱਲੇ ਪੰਜਾਬੀਆਂ ਦੀ ਬੱਲੇ ਬੱਲੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਪਿਆਰ ਭਰੀ ਸਤਿ ਸ੍ਰੀ ਅਕਾਲ ਸਨਾਓ ਕੀ ਹਾਲ ਚਾਲ ਤੁਹਾਡਾ ਅੱਜ ਵੀ ਅਸੀਂ ਬਹੁਤ ਹੀ ਵਧੀਆ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਸੰਗੀਤ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਸਾਜ਼ ਔਰ ਆਵਾਜ਼ ਜਦੋਂ ਇਹਨਾਂ ਦੋਨਾਂ ਚੀਜ਼ਾਂ ਦਾ ਸਮੇਲ ਹੋ ਜਾਂਦਾ ਤਸੋਂ ਇਹਦੇ ਸੁਆਗੇ ਵਾਲੀ ਗੱਲ ਹੋ ਜਾਂਦੀ ਹੈਗੀ ਆ ਬਹੁਤ ਸਾਰੇ ਅੱਛੇ ਗੀਤ ਹੁੰਦੇ ਨੇ ਜੋ ਮਿਊਜ਼ਿਕ ਦੇ ਸਿਰ ਤੇ ਚੱਲ ਜਾਂਦੇ ਨੇ ਬਹੁਤ ਸਾਰੇ ਗੀਤ ਅਜਿਹੇ ਹੁੰਦੇ ਨੇ ਜੋ ਆਵਾਜ਼ਾਂ ਦੇ ਸਿਰ ਤੇ ਚੱਲਦੇ ਨੇ ਬਹੁਤ ਸਾਰੇ ਗੀਤ ਜਿਹੇ ਹੁੰਦੇ ਨੇ ਜਿਨ੍ਹਾਂ ਦੀ ਲੇਖਣੀ ਵਧੀਆ ਹੋਵੇ ਪਰ ਜੇਕਰ ਤੇ ਤਿੰਨਾਂ ਚੀਜ਼ਾਂ ਦਾ ਸਮੇਲ ਹੋ ਜਵੇ ਤਾਂ ਫਿਰ ਕੀ ਬਾਤ ਹੈ ਉਹ ਜ਼ਰੂਰ ਚੀਜ਼ ਹਿੱਟ ਹੋ ਜਾਂਦੀ ਅੱਗੋਂ ਤੁਹਾਡੇ ਵਰਗੇ ਕਦਰਦਾਨ ਸਰੋਤੇ ਹੋਣ ਤਾਂ ਹੋਰ ਵੀ ਚਾਰਚਣ ਲੱਗ ਜਾਂਦੇ ਨੇ ਅੱਜ ਦੇ ਸਾਡੇ ਮਹਿਮਾਨ ਨੇ ਜਤਿੰਦਰ ਸ਼ਾਹ ਜੀ ਜਿਨ੍ਹਾਂ ਨੇ ਮਿਊਜ਼ਿਕ ਦੀ ਦੁਨੀਆ ਦੇ ਵਿੱਚ ਕਦਮ ਰੱਖਿਆ ਤੇ ਸ਼ੁਰੂਆਤ ਵਿੱਚ ਹੀ ਉਹਨਾਂ ਨੇ ਬਹੁਤ ਹੀ ਵੱਡੀ ਕਾਮਯਾਬੀ ਹਾਸਲ ਕੀਤੀ ਆ ਜਤਿੰਦਰ ਸ਼ਾਹ ਜੀ ਅਸੀਂ ਉਹਨਾਂ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਅੱਜ ਵੈਲਕਮ ਕਰਦੇ ਆ ਜਤਿੰਦਰ ਸ਼ਾਹ ਜੀ ਪੰਜਾਬੀਆਂ ਦੀ ਬੱਲੇ ਬੱਲੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀ ਆਇਆਂ ਬਹੁਤ ਹੀ ਤੁਹਾਡਾ ਨਿੱਘਾ ਸਵਾਗਤ ਹੈ ਥੈਂਕ ਯੂ ਵੈਰੀ ਮਚ ਸਰ ਮੈਂ ਸਰਛੀ ਗੱਲ ਕਰਾਂਗਾ ਜੀ ਸਾਰੇ ਦਰਸ਼ਕਾਂ ਨੂੰ ਜਿਹੜੇ ਪੰਜਾਬੀਆਂ ਦੀ ਬੱਲੇ ਬੱਲੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਸਾਡੇ ਵਰਗੇ ਕਲਾਕਾਰਾਂ ਨੂੰ ਬਹੁਤ ਹੌਸ਼ਾਹ ਦਿੰਦੇ ਨੇ ਤੇ ਸ਼ਿੰਗਾਰਾ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਚ ਇਨਵਾਈਟ ਕੀਤਾ ਬਹੁਤ ਵਧੀਆ ਜੀ ਜਤਿੰਦਰ ਸ਼ਾਹ ਜੀ ਮੈਂ ਇਹ ਸਰੋਤਿਆਂ ਨੂੰ ਦੱਸਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਦਾ ਕਿ ਤੁਹਾਡਾ ਪਹਿਲਾਂ ਕਿਉਂਕਿ ਇਹਨਾਂ ਦਾ ਮੈਂ ਤੁਹਾਨੂੰ ਚਲੋ ਮਾੜੇ ਜੇ ਦੱਸ ਦਿੰਦਾ ਕਿ ਇਹਨਾਂ ਦੀ ਜਿਹੜੇ ਗੀਤ ਹੈ ਤੁਸੀਂ ਆਮ ਸੁਣੇ ਆ ਬਹੁਤ ਸੁਪਰ ਹਿੱਟ ਫਿਲਮਾਂ ਹੋਈਆਂ ਉਹਨਾਂ ਦੇ ਵਿੱਚ ਇਹਨਾਂ ਦਾ ਸੰਗੀਤ ਹੈ ਬਾਕੀ ਥੋੜਾ ਜਿਹਾ ਸਸਪੈਂਸ ਵਿੱਚ ਤੁਹਾਨੂੰ ਰਹਿਣ ਦਿਨਾ ਕਿ ਉਹ ਕਿਹੜੀ ਕਿਹੜੀ ਫਿਲਮਾਂ ਜਿੱਤੇ ਨੇ ਤੁਹਾਡਾ ਕਿਸ ਤਰ੍ਹਾਂ ਹੋਇਆ ਸੀ ਇੱਧਰ ਸ਼ੁਰੂਆਤ ਕਹੋ ਆਗਮਨ ਤੁਹਾਡਾ ਕਿੱਦਾਂ ਹੋਇਆ ਸੀ ਇਸ 뮤ਜ਼ਿਕ ਦੇ ਵਿੱਚ ਇਸ ਫੀਲਡ ਦੇ ਵਿੱਚ ਐਂਟਰੀ ਪਹਿਲਾਂ ਤਾਂ ਜੀ ਮੈਂ ਬਹੁਤ ਰਿਣੀ ਹਾਂ ਆਪਣੇ ਉਸਤਾਦ ਸਾਹਿਬ ਮੇਰੇ ਗੋਡਫਾਦਰ ਸ਼੍ਰੀ ਵਿਰਿੰਦਰਪ੍ਰੀਤ ਸਿੰਘ ਸਾਹਿਬ ਬੀ ਐਸ ਨਾਰਿੰਗ ਸਾਹਿਬ ਜਿਨ੍ਹਾਂ ਦੇ ਕਰਕੇ ਮੈਂ ਇਸ ਲਾਈਨ 'ਚ ਆਇਆ ਔਰ ਮੈਂ 뮤ਜ਼ਿਕ ਸ ਨਾਰਿੰਗ ਜੀ ਹਾਂਜੀ ਹਾਂ ਨਾਰਿੰਗ ਸਾਹਿਬ ਉਹ ਵੀ ਆ ਚੁੱਕੇ ਆਪਣੇ ਇਤਿਹਾਸ ਹਾਂਜੀ ਉਸਤਾਦ ਜੀ ਪ੍ਰੋਗਰਾਮ ਦੇ ਵਿੱਚ ਵੀ ਆ ਚੁੱਕੇ ਥੇ ਰੇਡੀਓ ਤੇ ਵੀ ਆ ਚੁੱਕੇ ਜੀ 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 ਮੇਰੇ ਗੋਡਫਾਦਰ ਸ਼੍ਰੀ ਵਿਰਿੰਦਰਪ੍ਰੀਤ ਸਿੰਘ ਸਾਹਿਬ ਜਿਹੜੇ ਮੈਨੂੰ ਇਸ ਲਾਈਨ 'ਚ ਲੈ ਕੇ ਆਇਆ ਕਰੋ ਮੈਨੂੰ ਉਹ ਸਿੱਖਣ ਜਾਂਦਾ ਸੀਗਾ ਤੇ ਮੈਨੂੰ ਕੋ ਕਲਾਸਿਕਲ ਸੈਮੀ ਕਲਾਸਿਕਲ ਦੀ تعلیم ਲਈ ਬੀਐਸ ਨਾਰਿੰਗ ਸਾਹਿਬ ਫਿਰ ਮੋਮਿੰਦ ਖਾਨ ਸਾਹਿਬ ਤੇ ਉਸ ਤੋਂ ਬਾਅਦ ਮੈਂ ਪਹਿਲਾਂ ਡਾਕਟਰ ਸਾਹਿਬ ਸਿੰਘ ਇੱਕ ਬਹੁਤ ਵੱਡੀ ਨਾਟਕਕਾਰ ਇੱਕ ਡਾਇਰੈਕਟਰ ਨੇ ਬਹੁਤ ਵੱਡੀ ਹਸਤੀ ਨੇ ਉਹਨਾਂ ਦੇ ਮੈਂ ਪਲੇਸ ਦੇ ਵਿੱਚ ਮਿਊਜ਼ਿਕ ਕਰਦਾ ਹੁੰਦਾ ਸੀ ਪਲੇਸ ਦੇ ਵਿੱਚ ਤੇ ਮੈਂ ਉੱਥੇ ਉਹਨਾਂ ਨੇ ਮੇਰੇ ਨਾਮ ਦੇ ਅੱਗੇ ਜਤਿੰਦਰ ਸ਼ਾਹ ਮੇਜ਼ਰ ਡਾਇਰੈਕਟਰ ਲਾਇਆ ਮੇਰੇ ਨਾਮ ਦੇ ਅੱਗੇ ਤੇ ਬੜੀ ਖੁਸ਼ੀ ਹੋਈ ਹੁਣੀ ਤੁਹਾਨੂੰ ਥੈਂਕਸ ਕਰਦਾ ਉਹਨਾਂ ਦਾ ਤੇ ਫਿਰ ਮੈਂ ਬੰਬੇ ਫਿਰ ਮੈਂ ਸਿੱਖਣ ਜਾਂਦਾ ਸੀਗਾ ਤੇ ਫਿਰ ਜਦੋਂ ਫੋਲੋ ਕਰ ਪੰਜਾਬ ਤੋਂ ਬੰਬਈ ਜਾਂਦੇ ਸੀ ਹਾਂ ਜੀ ਮੈਂ ਪਹਿਲਾਂ ਮੇਰੇ ਗੁਰੂ ਜੀ ਨਾਲ ਗਿਆ ਸ਼੍ਰੀ ਮਨਿੰਦਰਪ੍ਰਸਾਦ ਸਾਹਿਬ ਨਾਲ ਉਹਨਾਂ ਨਾਲ ਮੈਂ ਕਿਥੇ ਉੱਥੇ ਗਿਆ ਤੇ ਫਿਰ ਉੱਥੇ ਦੇਖਣਾ ਵੀ ਕਿਵੇਂ ਫਿਰ ਵਾਰਡਕਰ ਸਾਹਿਬ ਸੁਰੇਸ਼ ਵਾਰਡਕਰ ਸਾਹਿਬ ਉਹਨਾਂ ਕੋਲੋਂ ਮੈਂ ਸਿੱਖਣਾ ਸ਼ੁਰੂ ਕੀਤਾ ਤੇ ਫਿਰ ਹੌਲੀ ਹੌਲੀ ਵੀ ਰਿਕਾਰਡਿੰਗ ਕਿਦੋਂ ਹੋਈ ਫਿਰ ਉਹਨਾਂ ਦੇ ਨਾਲ ਇੱਕ ਫਿਲਮ ਬਣ ਰਹੀ ਸੀ ਹਿੰਦੀ ਤੇ ਉਹਦੇ ਵਿੱਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਐਜ਼ ਅ 뮤직 ਡਾਇਰੈਕਟਰ ਤੇ ਫਿਰ ਮੈਂ ਉਹਨਾਂ ਦੇ ਨਾਲ ਜੀ ਕਿ ਪ੍ਰਮਾਤਮਾ 사이ਂ ਜੀ ਦੀ ਕਿਰਪਾ ਨਾਲ ਮੈਂ ਆਜਾ ਬੋਸ ਲਈ ਰਿਕਾਰਡ ਕੀਤੇ ਤੇ ਉਹਦੇ ਨਾਰਾਇਣ ਸਾਹਿਬ ਸ਼ੰਕਰ ਮਹਾਦੇਵ ਜੀ ਤੇ ਉਹ ਕਿਸੇ ਕਾਰਨ ਕਰਕੇ ਉਹ ਫਿਲਮ ਥੋੜੀ ਡਿਲੇ ਹੋ ਗਈ ਤੇ ਫਿਰ ਉਹਨਾਂ ਦਾ ਨਾਚੀ ਮੇਰਾ ਸੰਪਰਕ ਹੋਇਆ ਸਰਤਾਜ ਹੋਰਨ ਨਾਲ ਸਿੰਘ ਸਰਤਾਜ ਮੈਂ ਚੰਡੀਗੜ੍ਹ ਜਾਣਦਾ ਸੀ ਕਿ ਕਿ ਮੇਰੀ ਪਰਵੈ ਸਾਰੀ ਚੰਡੀਗੜ੍ਹ ਦੀ ਮੇਰਾ ਜਨਮ ਮੇਰਾ ਮਰੀਸਰ ਦਾ ਤੇ ਫਿਰ ਮੈਂ ਉੱਥੇ ਉਹਨਾਂ ਨੂੰ ਮਿਲਿਆ ਤੇ ਅਸੀਂ ਇੱਕ ਦੋ ਮੁਲਾਕਾਤਾਂ ਹੋਈਆਂ ਉਸ ਤੋਂ ਬਾਅਦ ਅਸੀਂ ਸੈਟਿੰਗਸ ਕੀਤੀਆਂ ਤੇ ਫਿਰ ਅਸੀਂ ਪ੍ਰੋਜੈਕਟ ਪਲਾਨ ਕੀਤਾ ਉਹਨਾਂ ਦਾ ਤੇ ਫਿਰ ਅਸੀਂ ਪ੍ਰੋਜੈਕਟ ਕਰਦੇ ਕਰਦੇ ਪ੍ਰਮਾਤਮਾ ਨੇ ਉਹ ਸਾਈਂ ਜੀ ਨੇ ਇਹ ਕਿਰਪਾ ਕੀਤੀ ਕੀ ਹਰ ਸਾਰੀ ਦੁਨੀਆ ਦੇ ਸਾਰੇ ਸਾਰੀ ਦਿਨੇ ਜਮਚੂ ਰਹੋਗੇ ਜੀ ਜੀ ਇਹ ਸਾਈ ਜੀ ਤੁਸੀਂ ਆਪਣੇ ਸਤਿੰਦਰ ਸਤਾਜੀ ਨਾਲ ਇੱਕ ਚੀਰੇ ਵਾਲਿਆ ਇੱਕ ਉਹ ਵੀ ਤੁਹਾਡਾ ਜੀ ਜੀ ਦੂਜੀ ਦੂਜੀ ਐਲਬਮ ਸੀ ਚੀਰੇ ਵਾਲਾ ਸਰਤਾਜ ਇਹ ਦੂਜੀ ਟੇਪ ਹਾਂ ਜੀ ਹਾਂ ਕੀ ਬਾਤ ਅੱਛਾ ਇੱਕ ਤੁਹਾਡੀਆਂ ਹੋਰ ਮੈਂ ਚਲੋ ਹੁਣ ਦੱਸ ਹੀ ਦਿੰਦਾ ਬਹੁਤ ਹੀ ਤੁਹਾਡੀਆਂ ਫਿਲਮਾਂ ਜਿਹੜੀਆਂ ਹਿੱਟ ਹੋਈਆਂ ਜਿਨੇ ਮੇਰੇ ਦਿਲ ਲੁੱਟਿਆ ਤੇ ਕੈਰੀ ਆਨ ਜੱਟ ਜੱਟ ਐਂਡ ਜੁਲੀਅਟ ਬੜੀਆਂ ਸੁਪਰ ਹਿੱਟ ਫਿਲਮਾਂ ਇਹ 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 ਫਿਲਮਾਂ ਤੁਹਾਨੂੰ ਕਿੱਦਾਂ ਮਿਲੀਆਂ ਸੀ ਜੀ ਮੈਂ ਮੈਂ ਤਾਂ ਪਹਿਲਾਂ ਸਾਰਿਆਂ ਦਾ ਬਹੁਤ ਧੰਨਵਾਦੀ ਜਿਨ੍ਹਾਂ ਨਾਲ ਮੈਂ ਕੰਮ ਕਰ ਰਿਹਾ ਗਿਪਿਕਾ ਰਿਵਾਲ ਜੀ ਆਪਣਾ ਦਿਲਜੀਤ ਜੀ ਮੈਂ ਜਿਨ੍ਹਾਂ ਨੇ ਮੈਂ ਜਿਨ੍ਹਾਂ ਨਾਲ ਸ਼ੁਰੂਆਤਾਂ ਕੀਤੀਆਂ ਤੇ ਸਪੀਡ ਰਿਕਾਰਡਸ ਤੋਂ ਰੂਬੀ ਬਾਜੀ ਦਿਨੇਸ਼ ਜੀ ਜਿਨ੍ਹਾਂ ਨੇ ਮੈਨੂੰ ਇਹ ਕੌਨਫੀਡੈਂਸ ਦਿੱਤਾ ਕਿ ਕੰਮ ਕਰ ਲੈ ਲੇਕਿਨ ਮੈਨੂੰ ਫਿਲਮਾਂ ਚ ਫਿਲਮਾਂ ਦੇ ਵਿੱਚ ਐਂਟਰੀ ਮਣ ਕੇ ਪਿਗਰਵਲ ਹੋਣਾ ਨੇ ਦਵਾਈ ਜਿਹਨੇ ਮੇਰੇ ਦਿਲ ਰੁੱਟਿਆ ਫਿਲਮ ਦੇ ਵਿੱਚ ਮੈਂ ਗੀਤ ਕੀਤਾ ਇੱਕੋ ਗੀਤ ਕੀਤਾ ਸੀ ਚੰਨਾ ਤੇ ਉਹ ਕਾਫੀ ਉੱਪਰ ਵਾਲੇ ਕਿਰਪਾ ਉਹਨਾਂ ਨੇ ਕਾਫੀ ਮਕਬੂਲ ਹੋਇਆ ਤੇ ਉਹਦੇ ਕਰਕੇ ਮੈਨੂੰ ਫਿਰ ਅੱਗੇ ਮਿਰਜ਼ਾ ਫਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਫਿਰ ਉਸ ਤੋਂ ਬਾਅਦ ਮੈਂ ਫਿਲਮ ਕੀਤੀ ਕੈਰੀ ਜੱਟਾ ਉਹ ਮੈਂ ਕਿਤੇ ਤੇ ਬੜੀ ਪਵਿੱਤਰੀ ਕਿਰਪਾ ਹੋਈ ਤੇ 뮤직 ਹਿੱਟ ਗਿਆ ਤੇ ਫਿਰ ਜੱਟ ਜੁਲੀਅਟ ਮੈਂ ਜਟੈਂਜੂਲੀਟ ਦਿਲਜੀਤ ਭਾਈ ਨਾਲ ਕੰਮ ਕੀਤਾ ਉਹਨਾਂ ਨੇ ਮੇਰੇ ਤੇ ਬਹੁਤ ਕੌਨਫੀਡੈਂਸ ਰੱਖਿਆ ਤੇ ਬਹੁਤ ਅੱਛਾ ਕੰਮ ਹੋਇਆ ਮੈਂ ਬਹੁਤ ਧੰਨਵਾਦੀ ਸਾਰਿਆਂ ਦਾ ਤੇ ਇਦਾਂ ਹੀ ਮਲਕੀ ਜ਼ਿਆਦਾ ਮੈਂ ਕੁਝ ਮੈਂ ਮੈਨੂੰ ਖੁਦ ਨੂੰ ਨਹੀਂ ਪਤਾ ਕਿ ਇਹ ਕਿਦਾਂ ਹੁੰਦਾ ਗਿਆ ਬੜੀ ਮੈਂ ਕਿੰਨਾ ਕਿਰਪਾ ਕਿਉਂਕਿ ਪੰਜਾਬੀ ਜੇਕਰ ਅਸੀਂ ਫਿਲਮਾਂ ਦੀ ਗੱਲ ਕਰਦੇ ਆਂ ਕਿ ਕਿਸੇ ਜ਼ਮਾਨੇ ਦੇ ਵਿੱਚ ਹੰਸ ਰਾਜ ਬਹਿਲ ਸਰ ਸਰਦੂਲ ਕੁਵਾਤਰਾ ਜੀ ਉਹਨਾਂ ਦੇ ਬਹੁਤ ਬੋਲ ਵਾਲਾ ਹੁੰਦਾ ਸੀਗਾ ਮੈਂ ਸਮਿੰਦਰ ਸਾਹਿਬ ਜੀ ਜਰਾ ਬਹਿਲ ਸਾਹਿਬ ਇਹ ਬੜੇ ਇਹ ਮੇਨ ਹੁੰਦੇ ਸੀ ਇਹ ਦਾ ਮੌਸੇਕਾਰ ਬਹੁਤ ਇਹ ਇਹਨਾਂ ਨੂੰ ਸੁਣ ਸੁਣ ਕੇ ਅਸੀਂ ਅੱਜ ਵੀ ਅਸੀਂ ਰਿਅਲਾਈਜ਼ ਕਰਦੇ ਹਾਂ ਕਿ ਕੰਪੋਜ਼ਿਸ਼ਨਸ ਕਿੱਦਾਂ ਇਹਨਾਂ ਨੇ ਬਣਾਈਆਂ ਹੋਣੀਆਂ ਅੱਛਾ ਜਦੋਂ ਤੁਹਾਡੇ ਕੋਲ ਸਾਰੇ ਬਹੁਤ ਸਾਰੇ ਜਿੱਦ ਮੇਰੇ ਖਿਆਲ ਪੰਜਾਬੀ ਦੀ ਜਦੋਂ ਐਲਬਮ ਲੈ ਕੇ ਆਉਂਦੀ ਹੈਗੇ ਉਹਨਾਂ ਦੇ ਵਿੱਚ ਤਾਂ ਕੰਪੋਜੀਸ਼ਨ ਮੇਰੇ ਖਿਆਲ ਉਹ ਤਕਰੀਬਨ ਤਕਰੀਬਨ ਉਹ ਆਪ ਹੀ ਬਣਾ ਲੈਂਦੇ ਕਿ ਇੱਕ ਫਿਲਮ ਦਾ ਜਿਹੜੀ ਸਿਚੁਏਸ਼ਨ ਆਉਂਦੀ ਹੈ ਉਸ ਦੇ ਵਿੱਚ ਕਿਦਾਂ ਤੁਸੀਂ ਉਹਨਾਂ ਕਰਦੇ ਹੈਗੇ ਇਟਸ ਡਿਪੈਂਡਸ ਇਟਸ ਡਿਪੈਂਡਸ ਹੁੰਦਾ ਬਈ ਜਿਵੇਂ ਹੁਣ ਹਰ ਆਰਟਿਸਟ ਦਾ ਇਹ ਹਰ ਜਨਰ ਦਾ ਸਿਰਫ ਸਾਡਾ ਨਹੀਂ ਹਰ ਜਨਰ ਦਾ ਜਿਵੇਂ ਮੁੰਬੇ ਰਹਿਣਾ ਮੈਂ ਹੁਣ ਦੋ ਹਿੰਦੀ ਫਿਲਮਾਂ ਵੀ ਕਰ ਰਿਹਾ ਹਾਂ ਤੇ ਉਹ ਰਹਿੰਦਾ ਹੁੰਦਾ ਕਿ ਜਦੋਂ ਲਕਸ਼ਮੀਨ ਪਰੀਦਾਲ ਸਾਹਿਬ ਵੀ ਕੰਮ ਕਰਦੇ ਸੀ ਤੇ ਆਨੰਦ ਬਖਸ਼ੀ ਸਾਹਿਬ ਜਿਹੜੋ ਗਾਣਾ ਗੀਤ ਲਿਖਦੇ ਸੀ ਤੇ ਤਕਰੀਬਨ ਹਰ ਰਾਈਟਰ ਇੱਕ ਤਰ੍ਹਾਂ ਦੇ ਵਿੱਚ ਗੀਤ ਲਿਖਦਾ ਹਾਂ ਹਾਂ ਕਿ ਮੀਟਰ ਵਾਸਤੇ ਕਹਿੰਦਾ ਉਹ ਗੁੰਗੁਣਾਦੇ ਆਉਣਾ ਕਿ ਇਦਾਂ ਉਹਨਾਂ ਦਿਨਾਂ 'ਚ ਵੀ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਸੰਗੀਤ ਬਣਦਾ ਆ ਰਿਹਾ ਜੋ ਕੋਈ ਲੇਖਕ ਲਿਖਦਾ ਤੇ ਇਦਾਂ ਤੇ ਇਦਾਂ ਸਾਰੇ ਸਿੰਗਰਸ ਜਿਹੜੇ ਹੁੰਦੇ ਨੇ ਜਿੰਨੇ ਵੀ ਅੱਛੇ ਸਿੰਗਰ ਉਹ ਸਾਰਿਆਂ ਦਾ ਇੱਕ ਸਟਾਈਲ ਹੈ ਉਹ ਆਪਣੇ ਸਟਾਈਲ ਦੇ ਵਿੱਚ ਕੋਈ ਚੀਜ਼ਾਂ ਬਣਵਾਉਂਦੇ ਨੇ ਰਾਈਟਰਾਂ ਤੋਂ ਜਾਂ ਅਸੀਂ ਲੱਭਦੇ ਆ ਫਿਰ ਮੈਂ ਕੰਪੋਜੀਸ਼ਨਸ ਕਰਦਾ ਜਾਂ ਫਿਰ ਕਿਤੇ ਉਹ ਫੋਕ ਬੇਸ ਕੰਮ ਕਰਦੇ ਆ ਫਿਰ ਫਿਲਮ ਦਾ ਕੰਮ ਬਿਲਕੁਲ ਡਿਫਰੈਂਟ ਹੁੰਦਾ ਫਿਲਮ ਦਾ ਕੰਮ ਡਿਫਰੈਂਟ ਹੁੰਦਾ ਵੀ ਸਾਨੂੰ ਸਿਚੁਏਸ਼ਨ ਮਿਲਦੀ ਆ ਵੀ ਅਸੀਂ ਫਿਲਮੀ ਕੰਮ ਕਰਨਾ ਫਿਲਮ ਦਾ 뮤직 ਔਰ ਐਲਬਮ ਦਾ ਉਸ ਮਿਊਜ਼ਿਕ ਦਾ ਬਹੁਤ ਡਿਫਰੈਂਸ ਹੁੰਦਾ ਉਹਦੀ ਆਰਕੈਸਟ੍ਰੇਲ ਦੀ ਡਿਵੀਜ਼ਨ ਕਰਨੀ ਜਾਂ ਉਹਦਾ ਟ੍ਰੀਟਮੈਂਟ ਕਿਦਾਂ ਦਾ ਰੱਖਣਾ ਹੈ ਡਾਲਬੀ ਸੋਚ ਕੇ ਕੰਮ ਕਰਨਾ ਕਿ ਕਈ ਵਾਰੀ ਤੁਸੀਂ ਦੇਖਦੇ ਹੋ ਕਿ ਹੀਰੋ ਤੇ ਹੀਰੋ ਨੂੰ ਦਰਸਤਾਂ ਨਾਲ ਭੱਜੇ ਜਾਂਦੇ ਉਸ ਮਿਊਜ਼ਿਕ ਦੇ ਪੀਸ ਥੋੜੇ ਉਸ ਸਭ ਨਾਲ ਰਨਿੰਗ ਲੰਬੇ ਕਰਨੇ ਪੈਂਦੇ ਜੀ ਜੀ ਲੇਕਿਨ ਉਹ ਸਿਚੁਏਸ਼ਨਲ ਕੰਮ ਕਰਨਾ ਸੇ ਉਹ ਫੀਲ ਕਰਨਾ ਸਟੋਰੀ ਸੈਟਿੰਗਸ ਹੋਣੀਆਂ ਡਾਇਰੈਕਟਰਸ ਨਾਲ ਬੈਠਣਾ ਫਿਰ ਪ੍ਰੋਪਰ ਸਕਰੀਨ 'ਤੇ ਡਿਸਕਸ ਹੋਣੇ ਕਿ ਇਹ ਸਿਚੁਏਸ਼ਨ ਤੇ ਗਾਣਾ ਐ ਇਦਾਂ ਫੀਲ ਹੋਏਗਾ ਇਦਾਂ ਜੀ ਕਿ ਤੁਸੀਂ ਇਹ ਜਿਹੜੀਆਂ ਬੇ ਇੰਨੀ ਜੰਗ ਏਜ ਵਿੱਚ ਜਿੱਦਾਂ ਤੁਸੀਂ ਇਹ ਸਿੱਖ ਲਈਆਂ ਹੈਗੀਆਂ ਤੇ ਨਹੀਂ ਤਾਂ ਹਲੇ ਸਿੱਟ ਸਿੱਖਦੇ ਹੈਗੇ ਨਹੀਂ ਮੈਂ ਸਿੱਖਦੇ ਪਿਆ ਜੀ ਮੇਰੀ ਸ਼ੁਰੂਆਤ ਹੈ ਤੇ ਮੈਂ ਇਹ ਇੱਛਾ ਰੱਖਦਾ ਮੈਂ ਮਨ ਲਾਦਾ ਕਿ ਮੈਂ ਬਹੁਤ ਕੁਝ ਕਰਨਾ ਹੈ ਸ਼ੁਰੂਆਤ ਇਹ ਨਾ ਨੇ ਕਿ ਲੋ ਸੀਨੇ ਦੇ ਵਿੱਚ ਖਿੱਚ ਹੋਵੇ ਬਹੁਤ ਦੂਰ ਪਹੁੰਚਣਾ ਉਹ ਹਮੇਸ਼ਾ ਤਰੱਕੀ ਕਰਦੇ ਰਹਿੰਦੇ ਜਤਿੰਦਰ ਜੀ ਤੇ ਇੰਗਲੈਂਡ ਆਉਣ ਦਾ ਤੁਸੀਂ ਕੋਈ ਵੈਸੇ ਵਿਜ਼ਿਟਿੰਗ ਫੇਰੀਆ ਕਿ ਜਾਂ ਕਿਸੇ ਆਪਣੇ ਰਿਕਾਰਡਿੰਗ ਦੇ ਸਿਲਸਿਲੇ ਚ ਆਏ ਮੈਂ ਐਕਚੁਅਲੀ ਇੱਕ ਮੇਰਾ ਨਵਾਂ ਪ੍ਰੋਜੈਕਟ ਹੈ ਤੇ ਉਹ ਉਹ ਮੁਕੰਮਲ ਕਰਨਾ ਸੀ ਤੇ ਇੱਕ ਸਿੰਗਲ ਹੈ ਉਹ ਮੈਂ ਕੰਪਲੀਟ ਕਰਨਾ ਸੀ ਉਹ ਕੱਲ ਆ ਰਿਹਾ ਔਰ ਮੈਂ ਬੈਸਟ ਆਫ ਲੱਕ ਇੱਕ ਫਿਲਮ ਬਨ ਜਾਰ ਕੰਪਲੀਟ ਹੋ ਗਈ ਹੈ ਉਹਦਾ ਮਿਊਜ਼ਿਕ ਮੈਂ ਕਰ ਰਹਾ ਮੈਂ ਬਹੁਤ ਬਹੁਤ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇਸ ਫਿਲਮ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਜੈਜੀ ਬਾਜੀ ਦੀ ਇਹ ਪਹਿਲੀ ਫਿਲਮ ਤੇ ਇਨ ਜੈਜੀ ਬਾਜੀ ਗਿਪੀ ਘਰਵਾਲ ਹੋਣਾ ਨੇ ਜੈਜੀ ਬਾਜੀ ਹੋਣਾ ਨੇ ਮੇਰੇ ਤੇ ਬਹੁਤ ਕੌਨਫੀਡੈਂਸ ਰੱਖਿਆ ਤੇ ਫਿਲਮ ਦਾ ਮੈਨੂੰ ਮਿਊਜ਼ਿਕ ਕਰਨ ਦਾ ਮੌਕਾ ਦਿੱਤਾ ਤੇ ਮੈਂ ਉਹਦਾ ਕੁਝ ਕੰਮ ਕਰਨ ਨੂੰ ਰਿਹਾ ਸੀ ਅੱਛਾ ਜੀ ਠੀਕ ਹੈ ਇੱਕ ਜਦੋਂ ਗੀਤ ਹੁੰਦੇ ਹੈਗੇ ਆ ਤੁਹਾਡੇ ਕੋਲ ਆ ਜਾਂਦਾ ਹੈਗਾ ਤੇ ਉਸ ਦੀਆਂ ਜਿਹੜੀਆਂ ਕੰਪੋਜੀਸ਼ਨਾਂ ਮੇਰੇ ਖ਼ਲ ਕਈ ਵਾਰੀ ਮੈਂ ਦੇਖਦਾ ਹਾਂ ਕਿ ਜੋ ਦੂਸਰੇ ਕਈ ਵਾਰੀ ਮਿਊਜ਼ਿਕ ਡਾਇਰੈਕਟਰਾਂ ਦੇ ਨਾਲ ਮੈਨੂੰ ਜਾਂ ਮਿਲਣ ਦਾ ਮੌਕਾ ਮਿਲੇ ਜਾਂ ਉਹਨਾਂ ਦੇ ਇੰਟਰਵਿਊ ਸੁਣਨ ਦਾ ਮੌਕਾ ਮਿਲਿਆ ਉਹ ਕਹਿੰਦੇ ਨੇ ਕਿ ਅਸੀਂ 5-4 ਜਾਂ 6 ਕੰਪੋਜੀਸ਼ਨਾਂ ਇਹ ਸਭ ਵੱਖਰੀ ਵੱਖਰੀਆਂ ਬਣਾ ਲੀਨੇ ਤੇ ਉਹ ਕਈ ਵਾਰੀ ਉਹ ਫਿਰ ਜਿਹੜਾ ਡਾਇਰੈਕਟਰ ਹੈ ਕਈ ਵਾਰੀ ਉਹ ਚੂਜ਼ ਕਰਦਾ ਹੈਗਾ ਤੁਹਾਡੇ ਨਾਲ ਵੀ ਇਦਾਂ ਹੁੰਦਾ ਕਿ ਜਾਂ ਫਿਰ ਤੁਹਾਡੀ ਬਣੀ ਬਣਾਈ ਜਿਹੜੀ ਕੰਪੋਜੀਸ਼ਨ ਉਹ ਨੂੰ ਫਾਈਨਲ ਕਰ ਦਿੱਤਾ ਜਾਂਦਾ ਨਹੀਂ 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 ਇਹ ਹਮੇਸ਼ਾ ਅਸੀਂ ਕਈ ਵਾਰ ਅਸੀਂ ਗਾਣਾ ਬਣਾ ਕੇ ਵੀ ਉਹਨੂੰ ਹੋਲਡ ਕਰ ਲੇਦਾ ਦੁਬਾਰਾ ਬਣਾਇਦਾ ਮੈਂ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੋ ਅਸੀਂ ਬਣਾਤਾ ਲੇਕਿਨ ਕਿਉਂਕਿ ਨਵਾਂ ਕੰਮ ਕਰਨ ਨਾਲ ਸਾਨੂੰ ਅਲੱਗ-ਅਲੱਗ ਚੀਜ਼ ਅਲੱਗ-ਅਲੱਗ ਤਰ੍ਹਾਂ ਦੀ ਚੀਜ਼ਾਂ ਬਣਾਉਣੀਆਂ ਪੈਂਦੀਆਂ ਹਾਂਜੀ 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 ਜਤਿੰਦਰ ਜੀ ਤੁਹਾਡੇ ਨਾਲ ਗੱਲਾਂਬਾਤ ਐਸੀ ਤਰ੍ਹਾਂ ਜਾਰੀ ਰਹਿਣਗੀਆਂ ਦੋਸਤੋ ਚੱਲਦੇ ਆ ਇੱਕ ਛੋਟੀ ਜਿਹੀ ਬ੍ਰੇਕ ਵੱਲ ਤੁਸੀਂ ਵਸਦੇ ਰਹੋ ਪਰਦੇਸੀਓ ਤੁਹਾਡੇ ਨਾਲ ਵਸੇ ਪੰਜਾਬ ਤੁਸੀਂ ਮਹਿਕ ਵਾਂਗਰਾ ਖਿੰਡ ਗਏ ਪਿੱਛੇ ਖੜਿਆ ਛੱਡ ਗੁਲਾਬ ਤੁਸੀਂ ਵਸਦੇ ਰੋ ਪਰਦੇਸੀਓ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਮਨਮੋਹਨ ਵਾਰਿਸ ਤੇ ਤੁਸੀਂ ਵੇਖ ਰਹੇ ਹੋ ਪੰਜਾਬੀਆਂ ਦੀ ਬੱਲੇ ਬੱਲੇ ਸਰਦਾਰ ਸ਼ੰਗਾਰਾ ਸਿੰਘ ਦੇ ਨਾਲ ਜਤਿੰਦਰ ਜੀ ਤੁਸੀਂ ਆਪਾਂ ਗੱਲਬਾਤ ਕਰਦੇ ਸੀ ਜਿੱਦਾਂ ਤੁਹਾਨੂੰ ਹੁਣ ਕਾਫੀ ਜਿੱਦਾਂ ਮਿਊਜ਼ਿਕ ਦੇ ਇਹ ਕਹਿੰਦਾ ਫਿਲਮਾਂ ਦੀ ਜਿਹੜੀ ਰਿਸਪੌਂਸਿਬਿਲਟੀ ਜਿਹੜੀ ਮਿਲ ਗਈ ਹੈਗੀ ਆ ਪ੍ਰਮਾਤਮਾ ਕਰੇ ਹੋਰ ਵੀ ਵਧੀਆ ਤੇ ਵਧੀਆ ਜਿੱਦਾਂ ਤੁਸੀਂ ਫਿਲਮਾਂ ਬਣਾਉਂਦੇ ਰਹੋ ਯਾਰ ਇਹ ਅੱਜ ਜਿਦਾ ਫਿਲਮਾਂ ਇੱਕ ਮੈਂ ਸਮਝਦਾ ਹੈਗਾ ਕਿ ਕੁਝ ਅੱਛਾ ਦੌਰ ਆਇਆ ਹੈਗਾ ਕਿਉਂਕਿ ਜਿਹੜੀਆਂ ਫਿਲਮਾਂ ਹਿੱਟ ਹੋਣੀਆਂ ਸ਼ੁਰੂ ਹੋ ਗਈਆਂ ਮਲਕੀ ਸਾਡੀ ਪੰਜਾਬੀ ਫਿਲਮਾਂ ਦਾ ਇੱਕ ਤਾਂ ਜਿਹੜਾ ਸਿਨੇਮਾ ਹੈ ਉਹ ਬਹੁਤ ਤਰੱਕੀ ਚ ਹੈ ਤੇ ਬਹੁਤ ਲੋਕੀ ਮੋਹਾਂ ਕੇ ਪਹੁੰਚ ਰਹੇ ਨੇ ਲੋਕੀ ਲਾਈਕ ਕਰ ਰਹੇ ਨੇ ਪੰਜਾਬੀ ਫਿਲਮਾਂ ਬਹੁਤ ਅੱਛੀ ਗੱਲ ਹੈ ਮੈਨੂੰ ਇਸ ਗੱਲ ਦੀ ਵੀ ਕਿਉਂਕਿ ਤੁਹਾਨੂੰ ਤਾਂ ਜ਼ਿਆਦਾ ਪਤਾ ਹੋਣਾ ਇਹ ਆਪਣੇ ਦਿਲਜੀਤ ਜੀ ਦੇ ਨਾਲ ਹੀ ਮੈਂ ਗੱਲਬਾਤ ਕੀਤੀ ਸੀ ਕਿ ਗਿੱਪੀ ਜੀ ਦੇ ਨਾਲ ਵੀ ਅ ਜਟ ਟੈਂਡ ਜੁਲੀਅਟ ਤੇ ਮੇਰੇ ਖਿਆਲ ਇਹ ਦਿੱਲੀ ਵਿੱਚ ਵੀ ਕਿੰਨੇ ਪ੍ਰਿੰਟ ਕਹਿੰਦੇ ਲੱਗੇ ਸੀ ਜੀ 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 ਇਹ ਦੋਨੇ ਫਿਲਮਾਂ ਦੇ ਮਨ ਕੇ ਮੈਨੂੰ ਪ੍ਰਿੰਟਾਂ ਦਾ ਤਾਂ ਆਈਡੀਆ ਨਹੀਂ ਬਟ ਇਹ ਵਰਲਡ ਰਿਕਾਰਡ ਮਨ ਕੇ ਬਣਿਆ ਕਿ ਇਤਿਹਾਸ 'ਚ ਪਹਿਲਾਂ ਇੰਨੀ ਜ਼ਿਆਦਾ ਪੰਜਾਬੀ ਫਿਲਮ ਇੰਨੀ ਕਦੀ ਵੀ ਇੰਨੀ ਹਿੱਟ ਵੀ ਨਹੀਂ ਹੋਈ ਇਹਨਾਂ ਬਿਜ਼ਨਸ ਵੀ ਨਹੀਂ ਹੋਇਆ ਕਿਸੇ ਰੀਜਨਲ ਫਿਲਮ ਦਾ ਵੀ ਇਹਨਾਂ ਬਿਜ਼ਨਸ ਨਹੀਂ ਹੋਇਆ ਜਿੰਨਾ ਇਹਦਾ ਹੋਇਆ ਹੁਣ ਮਲਕੀ ਪੰਜਾਬੀ ਸਾਡੀਆਂ ਦੋਨੇ ਫਿਲਮਾਂ ਲੇਟਸ ਕੈਰੀਓਂ ਜਟਾ ਜਟੈਂ ਜੁਲੀਅਟ ਇਹ ਦੋਨੇ ਫਿਲਮਾਂ ਦਾ ਜਨਾ ਬਿਜ਼ਨਸ ਹੋਇਆ ਇਹਨਾਂ ਮਲਕੀ ਇੱਕ ਸਾਉਦੀਆਂ ਫਿਲਮਾਂ ਕੁਛ ਛੱਡ ਕੇ ਆਦਰਵਾਇਜ਼ ਇਹਨਾਂ ਕਿਸੇ ਨੇ ਵੀ ਇਹਨਾਂ ਬਿਜ਼ਨਸ ਨਹੀਂ ਕੀਤਾ ਕੀ ਬਾਤ ਹੈ ਹਾਂਜੀ ਹੁਣ ਮੈਂ ਇਹ ਵੀ ਕਹਿਣਾ ਕਿ ਪੰਜਾਬੀ ਫਿਲਮਾਂ ਦੇ ਵਿੱਚ ਵੈਸੇ ਤਾਂ ਚਲੋ ਸਾਡਾ ਕਲਚਰ ਆ ਕਿਸੇ ਉਮੰਜੇ ਦਾ ਛੋਟਿਆਂ ਤੇ ਜਾਂ ਪਿੰਡਾਂ ਦੇ ਖੂਹਾਂ ਦੇ ਦਿਵਾਲੀ ਤਕਰੀਬਨ ਪਹਿਲਾਂ ਫਿਲਮਾਂ ਹੁੰਦੇ ਸੀ ਉਤੋਂ ਜੇ ਹੋਰ ਪਿੱਛੇ ਜਾਈਏ ਤਾਂ ਉਹ ਬੰਬੇ ਦੇ ਮਤਲਬ ਉੱਥੇ ਸੀਨ ਲੈ ਲਏ ਹੁੰਦੇ ਸੀਗੇ ਅੱਜ ਜਿਹੜੀਆਂ ਬਾਹਰਲੀਆਂ ਲੋਕੇਸ਼ਨਾਂ ਲਈਆਂ ਜਾਂਦੀਆਂ ਤੇ ਨਾਲ ਦੇ ਨਾਲ ਸਟੋਰੀ ਲਾਈਨ ਜਿਹੜਾ ਕਿ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਾਮੇਡੀ ਦਾ ਮੇਰੇ ਖਿਆਲ ਜਿਆਦਾ ਵਿਸ਼ਾ ਸਾਡੇ ਜਿਆਦਾ ਦਰਸ਼ਕੀ ਜਿਆਦਾ ਨਹੀਂ ਪਸੰਦ ਕਰਦੇ ਐਕਚੁਅਲੀ ਸਾਡੇ ਜਿਵੇਂ ਸਾਡਾ 뮤직 ਬਹੁਤ ਹਿੱਟ ਹੈ ਪੰਜਾਬੀ ਅਰੀਜਨਲ ਜਿਵੇਂ ਹਿੰਦੁਸਤਾਨੀ ਲੈਂਗੁਏਜਸ ਨੇ ਇਹਨੇ ਰਿਲੀਜੀਅਨ ਨੇ ਇਹਨੇ ਆਲਾ ਸਟੇਟਸ ਅਲੱਗ-ਅਲੱਗ ਨੇ ਸਾਰੇ ਕਲਚਰ ਅਲੱਗ-ਅਲੱਗ ਨੇ ਤੇ ਸਾਡਾ ਸਭ ਤੋਂ ਯਾਦ ਰਿਚ 뮤직 ਮੰਨੇ ਜਾਂਦਾ बिकॉज ਆਫ ਇੱਕ ਐਂਟਰਟੇਨਮੈਂਟ ਹਣਾ ਤੇ ਉਹ ਫਿਰ ਸਾਡੇ ਸਬਜੈਕਟ ਵੀ ਇਦਾਂ ਦੇ ਵੀ ਕਮਾਰ ਕਾਮੇਡੀ ਆ ਲਵ ਸਟੋਰੀ ਹੌਲੀ-ਹੌਲੀ ਕਰਕੇ ਮਨਲਾ ਦਾ ਐਕਸਪੈਰੀਮੈਂਟਸ ਹੋਣਗੇ ਸਾਰੇ ਤੇ ਹੁਣ ਲੋਕੀ ਬਹੁਤ ਇੰਜੋਏ ਕਰਦੇ ਆ ਕਿ ਲੋਕੀ ਜਾ ਕੇ ਪਿਕਚਰ ਦੇਖਦੇ ਆ ਤੇ ਇੱਕ ਪਾਸੇ ਹਿੰਦੀ ਫਿਲਮ ਲੱਗੀ ਹੁੰਦੀ ਆ ਤੇ ਮਨਯਾ ਦਾ ਕਹਿ ਰਿਹਾ ਜਦੋਂ ਰਿਲੀਜ਼ ਵੀ ਉਹਨਾਂ ਦੇ ਨਾਲ ਚ ਇੱਕ ਬਹੁਤ ਵੱਡੀ ਹਿੰਦੀ ਫਿਲਮ ਰਿਲੀਜ਼ ਹੋਈ ਮਨਾ ਮੇਰੇ ਮਨੋਂ ਜ਼ੈਨ ਚ ਨਿਕਲ ਗਿਆ ਤੇ ਮੇਰੇ ਹਿਸਾਬ ਨਾਲ ਸਾਡੀ ਕੈਰੀਨ ਜੱਟਾਂ ਜੱਟਾਂ ਜੁਲਿਹੜ 15-15 ਦਿਨ ਦਿਨ ਅਡਵਾਂਸ ਬੁਕਿੰਗ 3-3 ਦਿਨ ਅਡਵਾਂਸ 4-4 ਦਿਨ ਜੋ ਮੁੱਕ ਦੀ ਨਾਲ ਫਿਰ ਅਡਵਾਂਸ ਬੁਕਿੰਗ ਲੋਕਾਂ ਨੇ ਕੀਤੀ ਹੋਈ ਤੇ ਤੁਸੀਂ ਹੁਣ ਆਪਣਾ ਸੰਗੀਤ ਦੀ ਗੱਲ ਕਰਦੇਗੇ ਤੁਸੀਂ ਇਹ ਬਰਿੰਦਰ ਤੋਂ ਤੁਸੀਂ ਕਹਿੰਦੇ ਸੀ ਸਿੱਖਿਆ ਸੀਗਾ ਹਾਂਜੀ ਖਾਸ ਤੌਰ ਤੇ ਤੁਹਾਨੂੰ ਹਿੰਦੀ ਦੇ ਜਪੋ ਗੱਲ ਕਿਤੇ ਪੁਰਾਣੇ ਜਾਂ ਜਾਂ ਮਿਊਜ਼ਿਕ ਕਰੈਕਟਰ ਕਿਹੜੇ ਜ਼ਿਆਦਾ ਤੋਂ ਤੁਸੀਂ ਪ੍ਰਭਾਵਿਤ ਹੋਏ ਸੀਗੇ ਮੈਂ ਆੜੀ ਪਰਮਨ ਸਾਹਿਬ ਕੀ ਬਾਤ ਮਧਨ ਮੋਨ ਸਾਹਿਬ ਹਾਂਜੀ ਆਡੀ ਕੰਪੋਜੀਸ਼ਨ ਬੜੀ ਕਮਾਲ ਦੀ ਹਾਂਜੀ ਐਕਚੁਅਲੀ ਆਰਡੀ ਬਰਮਨ ਸਾਹਿਬ ਮੈਂ ਕਹਿੰਨਾ ਹੁਣਾ ਵੀ ਆਰਡੀ ਦਾ ਮਤਲਬ ਮਤਲਬ ਹੁੰਦਾ ਰਹਿਣ ਤੇ ਵੀ ਕੀ ਬਾਕੀ ਰਹਿਣ ਦੇ ਕਿਉਂਕਿ ਆਰਡੀ ਬਰਮਨ ਹੈ ਕੰਪਲੀਟ ਕੰਪੋਜ਼ਰ ਸਾਰੇ ਕੰਪਲੀਟ ਨੇ ਸਾਰੇ ਬਹੁਤ ਅੱਛਾ ਕੰਮ ਕਰਦੇ ਸਾਰਿਆਂ ਨੂੰ ਸੁਣ ਸੁਣ ਕੇ ਸਿੱਕੇ ਲਾਈਨ ਚ ਆਏ ਬਟ ਐਲਪੀਜੀ ਬਹੁਤ ਅੱਛਾ ਕੰਮ ਕੀਤਾ ਸਾਰੇ ਅੱਛੇ ਨੇ ਬਟ ਮੈਨੂੰ ਆਰਡੀ ਬਰਮਨ ਸਾਹਿਬ ਐਂਡ ਮਧਨ ਮੋਨ ਸਾਹਿਬ ਆਹ ਹਾਂ ਕਿਉਂਕਿ ਉਹਨੇ ਬਹੁਤ ਬਾ ਕਮਾਲ ਵਾਹ ਮਦਨਮਨ ਸਾਹਿਬ ਨੇ ਰਾਗਾਂ ਨੂੰ ਐਸਾ ਗੀਤਾਂ ਚ ਐਸੇ ਐਸੇ ਹਾਂਜੀ ਹਾਂਜੀ ਐਸੇ ਐਸੇ ਕੰਪੋਜੀਸ਼ਨਸ ਬਣਾਈਆਂ ਸ਼ਬਦਾਂ ਔਰ ਸ਼ਬਦਾਂ ਦੇ ਸਾਹਮਣੇ ਗਜ਼ਲ ਗਜ਼ਲ ਨੂੰ ਨਾਲ ਗਜ਼ਲ ਵੀ ਕਹੀ ਔਰ ਨਾਲ ਕਮਰਸ਼ੀਅਲ ਗਜ਼ਲ ਗੱਲ ਵੀ ਕਹੀ ਆੜੀ ਪਰਮਨ ਸਾਹਿਬ ਉਹ ਜਿਹੜਾ ਨਵਾਂ ਰੰਗ ਲੈ ਕੇ ਆਏ ਇੰਡੀਆ ਦੇ ਵਿੱਚ ਆਂਦੇ ਤੇ ਤੁਸੀਂ ਜਿੱਦਾਂ ਹੁਣ ਆਪਣੇ 뮤ਜ਼ਿਕ ਦੇ ਵਿੱਚ ਤੁਸੀਂ ਆਏ ਹੈਗੇ ਆ ਬੜੇ ਬੜੇ ਤੁਸੀਂ ਹੋਰ ਵੀ ਕਲਾਕਾਰ ਤੁਹਾਨੂੰ ਅਪਰੋਚ ਹੁਣ ਕਰਨਗੇ ਜਿੱਦਾਂ ਕਿਉਂਕਿ ਜਦੋਂ ਸ਼ੁਰੂਆਤ ਕਹਿੰਦੇ ਹੁੰਦੇ ਹੁੰਦੇ ਕਿ ਬੰਦਾ ਪਹਿਲੇ ਦੇਦਾਂ ਦੇ ਇੱਕ ਵਾਰੀ ਨਾਂ ਬਣ ਜਾਂਦਾ ਹੈਗਾ ਤੇ ਤੁਸੀਂ ਜਦੋਂ ਇੱਕ ਜੈਜ਼ੀ ਵੀ ਨੂੰ ਕਰਦੇ ਹੈਗੇ ਆ ਉਹਨਾਂ ਦਾ ਪੌਪ ਬੱਚੇ ਨਾਮ ਕਾਫੀ ਆ ਭੰਗੜੇ ਦੇ ਗੀਤਾਂ ਦੇ ਵਿੱਚ ਸਤਿੰਦਰ ਦਾ ਉਹ ਜਿਆਦਾ ਕਹਿੰਦਾ ਸੂਫੀ ਸੂਫੀ ਆ ਨਾ ਜਿਆਦਾ ਗਾਉਂਦੇ ਹੋਗੇ ਤੇ ਇਹਨਾਂ ਵਿੱਚ ਤੁਸੀਂ ਕਿੱਦਾਂ ਫੇ ਇਹਨਾਂ ਨੂੰ ਕਰਦੇ ਹੈਗੇ ਐਕਚੁਅਲੀ ਮੇਰਾ ਥੋੜਾ ਇਹ ਟੇਸਟ ਹੈ ਉਹ ਥੋੜਾ ਯੂਨੀਵਰਸਲ ਹੈਗਾ ਅੱਛਾ ਅੱਛਾ ਠੀਕ ਹੈ ਮੇਰਾ ਯੂਨੀਵਰਸਲ ਟੇਸਟ ਹੈਗਾ ਤੇ ਇਹ ਮਨਿਕ ਸ਼ੁਕਰ ਹਮਾਲਕ ਦਾ ਸਾਈਂ ਦੀ ਕਿਰਪਾ ਵੀ ਮੈਂ ਜੇ ਸਰਦਾਰ ਹੁਣਾਂ ਦਾ ਕੰਮ ਕਰਦਾ ਤੇ ਮੈਨੂੰ ਉਹ ਨਾਲ ਦੇ ਜੋ ਮੈਂ ਕੰਮ ਕਰਦਾ ਤੇ ਮਨ ਲੱਗਦਾ ਵੀ ਇੱਕ ਰੰਗ ਚ ਰੰਗੇ ਜਾਣਾ ਇਹ ਇਹ ਜ਼ਰੂਰੀ ਹੈ ਵੈਸੇ ਇੱਕ ਮਿਊਜ਼ਿਕ ਡਾਇਰੈਕਟਰ ਲਈ ਕਿ ਕਿਸੇ ਵੀ ਤਰੀਕੇ ਦਾ ਆਪਾਂ ਕੰਮ ਕਰਦੇ ਆ ਉਹ ਸਾਰੇ ਰੰਗਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਵੀ ਡਿਫਰੈਂਸ ਉਹ ਸਾਰੇ ਅੱਛਾ ਕਰ ਰਹੇ ਨੇ ਕੇ ਸਾਰੇ ਅੱਛੇ ਡਿਫਰੈਂਟ ਵੰਨਤ ਕਰ ਰਹੇ ਸਰਤਾਏ ਉਹਨਾਂ ਦਾ ਆਪਣਾ ਰੰਗ ਆ ਉੱਤੇ ਵੀ ਇਹ ਨਹੀਂ ਹੋਣਾ ਚਾਹੀਦਾ ਵੀ ਇੱਕ ਸਿੰਗਰ ਜੇ ਇੱਕ ਸਿੰਗਰ ਦੀ ਪਹਿਚਾਨ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਉਹ ਉਹਨਾਂ ਦਾ ਰੰਗ ਵੀ ਟੁਕ ਜੇ ਕੁਝ ਨਵਾਂ ਵੀ ਹੋ ਜੇ ਉਹ ਕੋਸ਼ਿਸ਼ ਰਣੀ ਚਾਹੀਦੀ ਆ ਵੀ ਇਹ ਵੀ ਨਹੀਂ ਹੋਣਾ ਚਾਹੀਦਾ ਵੀ ਟਰੈਕ ਜ਼ਿਆਦਾ ਓਵਰ ਪਾਵਰ ਕਰੇ ਸਿੰਗਰ ਨੂੰ ਕਿ ਸਿੰਗਰ ਦਾ ਗਾਣਾ ਨਾ ਵੱਜੇ ਬਸ ਉਹ ਟਰੈਕ ਕਹਿਣ ਵੀ ਫਲਾਣਾ ਟਰੈਕ ਹਿੱਟ ਹੋਇਆ ਪੰਜਾਬ ਦਾ ਫੋਕ ਕਦੀ ਅਸੀਂ ਗੀਤਾਂ ਦੇ ਵਿੱਚ ਸੁਣਦੇ ਹੁੰਦੇ ਸੀਗੇ ਇਹ ਉਹ ਫੋਕ ਸਾਜ਼ ਆਪਣੇ ਲੋਕ ਸਾਜ਼ ਅਲਗੋਜੇ ਜਾਂ ਤੂਬੀ ਟੱਡ ਉਹ ਕਾਫੀ ਹੱਦ ਤੱਕ ਉਹ ਜਿਹੜੇ ਅਲੋਪ ਹੋ ਗਏ ਨੇ ਕੀ ਉਹਨਾਂ ਚੀਜ਼ਾਂ ਦਾ ਨਵਾਂ ਪ੍ਰਯੋਗ ਵੈਸੇ ਤਾਂ ਸਿੰਪਲ ਰਹੀ ਹੋ ਸਕਦਾ ਕਿ ਲਾਈਵ ਮੁੜ ਕੇ ਆ ਸਕਦੇ ਹੋ ਗਾਣੇ ਹਾਂਜੀ ਹਾਂਜੀ ਮੈਂ ਲਾਈਵ ਮੈਂ ਮੈਕਸਿਮਮ ਲਾਈਵ ਕਰਦਾ ਬਾਅਦ ਚੋਂ ਨੂੰ ਅਸੀਂ ਡਿਫਰੈਂਟ ਡਿਫਰੈਂਟ ਤੱਕ ਇਹਨਾਂ ਸਾਜ਼ਾਂ ਤੋਂ ਬਗੈਰ ਅਸੀਂ ਜਿਵੇਂ ਹੁਣ ਕਹਿਦੀ ਅਸੀਂ ਢੋਲ ਤੋਂ ਬਗੈਰ ਉਹ ਉਹ ਵੀ ਪੰਗੜਾ ਨਹੀਂ ਪੈ ਸਕਦਾ ਤੇ ਪੰਜਾਬੀ ਕੀ ਪੰਜਾਬਾ ਹਾਂ ਹਾਂ ਤੇ ਇਦਾਂ ਹੀ ਇਹ ਇਨਸਟਰੂਮੈਂਟ ਕਦੀ ਅਵੋਇਡ ਅਵੋਇਡ ਨਹੀਂ ਹੋ ਸਕਦੇ ਡਿਪੈਂਡ ਕਰਦਾ ਹੁਣ ਜਿਵੇਂ ਅੱਜ ਕੱਲ ਥੋੜਾ ਟ੍ਰੈਂਡ ਹਾਊਸ 뮤직 ਦਾ ਟ੍ਰੈਂਡ ਆ ਜਾਂ ਹਿਪ ਹੌਪ ਦਾ ਟ੍ਰੈਂਡ ਆ ਲੇਕਿਨ ਜਦੋਂ ਇੱਕ ਇੱਕ ਫੋਕ ਰੰਗ ਆਉਂਦਾ ਉਹ ਇੱਕ ਸਦਾ ਬਹਾਰ ਰੰਗ ਆ ਉਹ ਰਹਿਣਾ ਹੀ ਰਹਿਣਾ ਅੱਛਾ ਇੱਕ ਹੁਣ ਹੋਰ ਆ ਜਿਹੜੇ ਆਪਣੇ ਚਾਹੇ ਤੈਨੂੰ ਅਸੀਂ ਆਸਾਨ ਵੀ ਕਹਿ ਸਕਦੇ ਹੈਗੇ ਆ ਰਿਕਾਰਡਿੰਗ ਕਰਨੀ ਹੋ ਗਈ ਆ ਕੁਈ ਸਮਾਂ ਹੁੰਦਾ ਸੀ ਵੈਸੇ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਅੱਖੀਂ ਵੀ ਦੇਖੀਆਂ ਹੋਣਗੀਆਂ ਸੁਣਿਆ ਸਾਰਾ ਕੁਝ ਇਹ ਜਦੋਂ ਸਾਰਾ ਲਾਈਵ orchestra ਸੱਦ ਕੇ ਰਿਕਾਰਡਿੰਗ ਹੁੰਦੀ ਸੀਗੀ ਅੱਜ ਵੋਕਲ ਰਿਕਾਰਡ ਤੁਸੀਂ ਕਰ ਲੈ ਬਾਅਦ ਚ ਫਿਰ ਤੁਸੀਂ ਇਕੱਲਾ ਇਕੱਲਾ 뮤ਜ਼ਿਕ ਉਹ ਫਿਲ ਕਰਦੇ ਹੈਗੇ ਆ ਤੁਹਾਡੇ ਸਭ ਨਾਲ ਅੱਜ ਦਾ ਸਮਾਂ ਗੁੱਡ ਹੈ ਕਿ ਜੋ ਪਹਿਲਾ ਸਮਾਂ ਸੀਗਾ ਗੁੱਡ ਕੋਈ ਪਹਿਲਾ ਵਾਲਾ ਸਮਾਂ ਹੀ ਜ਼ਿਆਦਾ ਗੁੱਡ ਸੀਗਾ ਬਟ ਗੱਲ ਇਹ ਵੀ ਅੱਜ ਸਾਡੇ ਕੋਲ ਕੁਝ ਚੀਜ਼ਾਂ ਫੈਸਿਲਿਟੀਆਂ ਹੈਗੀਆਂ ਨੇ ਜਿਵੇਂ ਉਹਨਾਂ ਪਹਿਲਾਂ ਤੇ ਗਰੁੱਪ ਵੱਡੇ ਹੁੰਦੇ ਸੀਗੇ ਇਹਨੇ ਮਿਊਜ਼ੀਸ਼ੀਅਨਸ ਬੈਠਣਾ ਸਾਰਾ ਕੁਝ ਅੱਛਾ ਹੁੰਦਾ ਲੇਕਿਨ ਥੋੜਾ ਜਿਹਾ ਮੈਨੂੰ ਇਹ ਲੱਗਦਾ ਵੀ ਅੱਜ ਕੰਮ ਕਰਨਾ ਟਫ ਜ਼ਿਆਦਾ ਅੱਛਾ ਆਸਾਨ ਨਹੀਂ ਹੈ ਮਤਲਬ ਕਿ ਅੱਜ ਕੰਮ ਕਰਨਾ ਟਫ ਹੈ ਜ਼ਿਆਦਾ ਉਹਦਾ ਕਾਰਨ ਇਹ ਹੈ ਵੀ ਜਦੋਂ ਬਹੁਤ ਸਾਰੇ ਇੱਕ 70 75 ਮਿਊਜ਼ੀਸ਼ੀਅਨਸ ਬੈਠੇ ਆ ਨੋ ਡਾਟ ਉਹਨਾਂ ਨੂੰ ਹੈਂਡਲ ਕਰਨਾ ਵੀ ਜੇ ਕੋਈ ਬੰਦਾ ਇਹਨੇ ਮਿਊਜ਼ੀਸ਼ੀਅਨਸ ਇਕੱਠੇ ਕਰੂਗਾ ਤੇ ਉਹਨੂੰ ਇੱਕ ਉਹ ਵੀ ਇੱਕ ਤਰੀਕਾ ਵੀ ਹੋਇਆ ਮੈਂ ਸਾਰੇ ਇਨਸਟਰੂਮੈਂਟਸ ਦੀ ਡਿਵੀਜ਼ਨ ਕਿਦਾ ਕਰਨਾ ਫਿਰ ਕੰਡਕਟਰਸ ਹੋਣੇ ਉਹਨਾਂ ਦੇ ਆਪਣੇ ਆਪਣੇ ਸਕੋਰਸ ਹੋਣੇ ਸਾਰਿਆਂ ਨੇ ਆਪਣਾ ਆਪਣਾ ਇਦਾਂ ਕਰਨਾ No doubt ਉਹ ਬਹੁਤ ਵੱਡੀ ਗੱਲ ਸੀ ਉਹ ਅਸੀਂ ਮਲਕੀ ਉਹਨੂੰ ਅਸੀਂ ਕਦੇ ਨਹੀਂ ਕਹਿ ਸਕਦੇ ਪਰ ਅੱਜ ਦੀ ਰੇਟ ਦੇ ਵਿੱਚ ਇੱਕ ਅੱਛਾ ਗੀਤ ਬਣਾਉਣਾ ਟਰੈਕ ਬਣਾਉਣਾ ਔਰ ਗਾਣਾ ਬਣਾਉਣ ਦੀ ਕੋਸ਼ਿਸ਼ ਕਰਨਾ ਗੀਤ ਔਰ ਟਰੈਕ 'ਚ ਬਹੁਤ ਵੱਡਾ ਫਰਕ ਆ ਉਹ ਕਈ ਵਾਰ ਇਹਦਾ ਹੁੰਦਾ ਬੰਦਾ ਇੱਕ ਰਿਦਮ ਦੇ ਬੇਸ 'ਤੇ ਉੱਪਰ ਗਾਣਾ ਕਈ ਵਾਰ ਬਣਾ ਲੇਦਾ ਉਹ ਟਰੈਕ ਹੀ ਵਜਦਾ ਲੇਕਿਨ ਜਿਹੜਾ ਗੀਤ ਆ ਪਹਿਲਾਂ ਲੋਕ ਗੀਤ ਬਣਾਉਂਦੇ ਸੀਗੇ ਉਹ ਗਾਣਾ ਬੰਦਾ ਸੀ ਸਭ ਲੋਕ ਆਪਣਾ ਆਪਣਾ ਪਾਰਟ ਗਾਉਂਦੇ ਸੀ ਚਾਹੇ ਉਹ ਸਰੰਗੀ ਦੇ ਦਰੂ ਦੇ ਦਾ ਅੱਜ ਜੇ ਸੋਚ ਸਾਡੀ ਉਦਾਂ ਦੀ ਹੈ ਤੇ ਉਹਨੂੰ ਪੂਰਾ ਕਰਨਾ ਵਾਸਤੇ ਸਾਨੂੰ ਲੱਗਦਾ ਵੀ ਯਾਰ ਅਜੇ ਕਮੀ ਰਹਿ ਗਈ ਫਿਰ ਏਦਾਂ ਕਰੀਏ ਦੁਬਾਰਾ ਕਰ ਲਈਏ ਵੋਕਲ ਅੱਛੇ ਤਰੀਕੇ ਨਾਲ ਹੋ ਜੇ ਉਹ ਚੀਜ਼ ਤੇ ਟਾਈਮ ਲੱਗਦਾ ਅਸੀਂ ਕੱਲੀ ਕੱਲੀ ਚੀਜ਼ ਨੂੰ ਲੈ ਕੇ ਜ਼ਿਆਦਾ ਟਾਈਮ ਲਗਾਉਂਦੇ ਹਾਂ ਕੰਪਿਊਟਰ ਦੇ ਯੁੱਗ ਨਾਲ ਸਾਨੂੰ ਕਿ ਕੋਈ ਆਸਾਨੀ ਨਹੀਂ ਹੋ ਗਈ ਕਿ ਅਸੀਂ ਬਹੁਤ ਜਲਦੀ ਪ੍ਰੋਡਕਸ਼ਨ ਕਰ ਲਈਦੀਏ ਸੋ ਕੋਈ ਤੇ ਲੇਟ ਹੁੰਦਾ ਪਹਿਲਾਂ ਏਦਾਂ ਸ਼ੁਰੂ ਹੁੰਦਾ ਸੀ ਵੀ ਸਵੇਰੇ 10 ਵਜੇ 9 ਵਜੇ ਐਗਜ਼ੈਕਟ ਤੇ ਗਾਣਾ ਕੰਪਲੀਟ ਕਰ ਲਿਆ ਠੀਕ ਹੈ ਜੀ ਨਾਲ ਇਹਨੇ ਮਿਊਜ਼ੀਸ਼ੀਅਨਸ ਵਜੇ ਸਭ ਦੀ ਰੂਹਾਂ ਸਭ ਲੱਗੇ ਹੋਏ ਆ ਗਾਣੋ ਲੇਕਿਨ ਅੱਜ ਜੇ ਅਸੀਂ ਕੰਪਿਊਟਰ ਤੇ ਉਹ ਕੰਪੈਰੀਜ਼ਨ ਵੀ ਰੱਖਦੇ ਆ ਨਾ ਯਾ ਪੁਰਾਣੇ ਯੁੱਗ ਚ ਗਾਣਾ ਬੜਾ ਅੱਛਾ ਵਜਦਾ ਸੀ ਯਾਰ ਵੋਕਲ ਬਹੁਤ ਅੱਛੇ ਆਉਂਦੀ ਸੀ ਸਾਡੇ ਉਹ ਇੱਕ ਸਬਕੋਸ਼ੀਅਸ ਮਾਈਂਡ ਚ ਚੱਲਦਾ ਰਹਿੰਦਾ ਜਿੰਦਾਂ ਸਿੱਖਿਆ ਤੇ ਅੱਜ ਫਿਰ ਜ਼ਿਆਦਾ ਮਿਹਨਤ ਹੋਰ ਹੁੰਦੀ ਆ ਇਹ ਅਸੀਂ ਗੱਲਾਂ ਬਾਤਾਂ ਕਰਨ ਨੂੰ ਬਹੁਤ ਦਿਲ ਕਰਦਾ ਹੈਗਾ ਪਰ ਸਮਾਂ ਕਹਿੰਦੇ ਕਿਸੇ ਦਾ ਲਿਹਾਜ਼ ਨਹੀਂ ਕਰਦਾ ਅਜਾਸਤ ਨਹੀਂ ਜਾਂਦਾ ਤੁਸੀਂ ਕੁਝ ਅਜਿਹੇ ਕਲਾਕਾਰ ਨੂੰ ਜਿਨ੍ਹਾਂ ਨੂੰ ਤੁਹਾਡਾ ਦਿਲ ਚਾਹੁੰਦਾ ਕਿ ਵਾਕਿਆ ਮੈਂ ਇਹਨਾਂ ਨੂੰ ਰਿਕਾਰਡ ਕਰਾਂ ਮੈਂ ਜੀ ਤੁਹਾਡਾ ਸਾਰੇ ਗੁੱਡੇ ਹੀ ਹੁੰਦੇ ਹੈਗੇ ਇਦਾਂ ਸਾਰੇ ਅਜੇ ਮੈਂ ਦਾ ਹੱਥ ਜੋੜ ਕੇ ਮੈਂ ਤਾਂ ਸਾਰਿਆਂ ਦਾ ਥੈਂਕਸ ਕਰਦਾ ਜਿਨ੍ਹਾਂ ਨੇ ਮੈਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ ਸ਼ੁਰੂ ਤੋਂ ਜਿਦਾ ਮੈਂ ਕਿ ਪਹਿਲੇ ਤੋਂ ਸਰਤਾਜ ਹੋਰੀ ਗਿਪੀਕਰ ਵਾਲ ਹੋਰੀ ਦਿਲਜੀਤ ਪਾਜੀ ਜੈਜੀ ਪਾਜੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਂ ਕਿ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਸਰਦੂਲ ਪਾਜੀ ਸਾਰੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਆਪਣੇ ਦਰਸ਼ਕਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਮੇਰੇ ਉਸਤਾਦ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਨੇ ਮੈਨੂੰ ਮੈਂ ਉਹਨਾਂ ਤੋਂ ਜਿੰਨਾ ਵੀ ਸਿੱਖਿਆ ਮੈਂ ਹੋ ਸਿੱਖ ਰਿਹਾ ਮੈਂ ਅੱਛੇ ਤੋਂ ਅੱਛਾ ਕੰਮ ਕਰ ਸਕਾ ਮੈਨੂੰ ਅੱਛਾ ਮੌਕਾ ਮਿਲਿਆ ਕੰਮ ਕਰਨ ਦਾ ਤੇ ਮੈਂ ਮੇਰੀ ਜ਼ਿੰਦਗੀ ਦਾ ਜਿਹੜਾ ਸਭ ਤੋਂ ਮੇਰੇ ਦਿਲ ਦੇ ਵਿੱਚ ਇੱਕ ਪਰਮਾਤਮਾ ਨੇ ਮੈਨੂੰ ਉਸ ਸ਼ਖਸੀਅਤ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਜਿਹੜਾ ਮੈਂ ਆਪਣੇ ਖਾਬ ਵਿੱਚ ਵੀ ਨਹੀਂ ਸੋਚ ਸਕਦਾ ਸੀ ਉਹ ਮੈਂ ਜੇ ਦੱਸ ਨਹੀਂ ਸਕਦਾ ਮੈਂ ਕਹਿ ਨਹੀਂ ਸਕਦਾ ਪਰ ਬਹੁਤ ਮੈਂ ਧੰਨਵਾਦੀ ਹਾਂ ਸਾਈ ਜੀ ਦਾ ਕਿ ਮੈਨੂੰ ਇਹ ਬਖਸ਼ਿਸ਼ ਦਿੱਤੀ ਪਰਮਾਤਮਾ ਕਰੇ ਤੁਹਾਨੂੰ ਹੋਰ ਵੀ ਬਹੁਤ ਹੀ ਵਧੀਆ ਤੋਂ ਵਧੀਆ ਮੌਕੇ ਮਿਲਦੇ ਰਹਿਣ ਤੁਸੀਂ ਇਸੇ ਤਰ੍ਹਾਂ ਤਰੱਕੀ ਕਰੋ ਤੇ ਬਹੁਤ ਵਧੀਆ ਵਧੀਆ ਸੰਗੀਤ ਜਿਹੜਾ ਤੁਸੀਂ ਆਪਣੇ ਸੁਰਾਂ ਦੇ ਨਾਲ ਸ਼ਿੰਗਾਰ ਕੇ ਸਾਡੇ ਸਰੋਤਿਆਂ ਦੀ ਝੋਲੀ ਪਾਉਂਦੇ ਰਹੋ ਥੈਂਕ ਯੂ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਵੈਰੀ ਐਸੀ ਅੱਜ ਦੀ ਖਾਸ ਮੁਲਾਕਾਤ ਬਹੁਤ ਹੀ ਮਸ਼ਹੂਰ 뮤ਜ਼ਿਕ ਅਰਟਿਸਟ ਜਤਿੰਦਰ ਸ਼ਾਹ ਜੀ ਦੇ ਨਾਲ ਅਸੀਂ ਇਹਨਾਂ ਦਾ ਬਹੁਤ-ਬਹੁਤ ਇੱਕ ਵਾਰੀ ਫੇਰ ਆਉਣ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਦੀ ਨਾਲ ਮੇਰੇ ਬਹੁਤ ਹੀ ਪਿਆਰੇ ਵੀਰ ਦਵਿੰਦਰ ਸੋਮਲ ਜੀ ਜੋ ਕਿ ਖਾਸ ਤੌਰ ਦੇ ਤੇ ਇਹਨਾਂ ਨੂੰ ਲੈ ਕੇ ਆਏ ਨੇ ਕਿਉਂਕਿ ਇੱਕ ਪ੍ਰੋਗਰਾਮ ਤਿਆਰ ਕਰਨ ਦੇ ਵਿੱਚ ਜਾਂ ਕੋਈ ਵੀ ਪ੍ਰੋਜੈਕਟ ਤਿਆਰ ਕਰਨ ਦੇ ਵਿੱਚ ਇੱਕ ਨਹੀਂ ਉਹ ਸਾਰੀ ਟੀਮ ਦਾ ਹੱਥ ਹੁੰਦਾ ਹੋਰ ਵੀ ਜਿਹੜੇ ਸਾਡੇ ਵੀਰਾਂ ਨੇ ਪ੍ਰੋਗਰਾਮ ਨੂੰ ਤਿਆਰ ਕਰਨ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਦੋਸਤੋ ਅਗਲੇ ਹਫਤੇ ਤਦ ਤੱਕ ਲਈ ਰੱਬ ਰੱਖਾ i the ball